ਡੀਅਰ ਸਟੂਡੈਂਟਸ ਅੱਜ ਅਸੀਂ ਜਮਾਤ ਦੇ ਵਿੱਚ ਵਚਨ ਬਦਲੋ ਕੀਤੇ ਸੀ ਉਹਦੀ ਅਸਾਈਨਮੈਂਟ ਦੇ ਲਈ ਮੈਂ ਤੁਹਾਡੀ ਮਦਦ ਕਰਾਂਗੀ ਜਿਹੜੀ ਅਸਾਈਨਮੈਂਟ ਦਿੱਤੀ ਹੈ ਤੁਹਾਨੂੰ ਉਹਦੇ ਵਿੱਚ ਮਦਦ ਕਰਾਂਗੀ ਕਿ ਕਿਸ ਤਰ੍ਹਾਂ ਕਰਨੀ ਹੈ ਵਚਨ ਬਦਲੋ ਕਿਸ ਨੂੰ ਆਖਦੇ ਹਨ ਵਚਨ ਬਦਲੋ ਸਭ ਤੋਂ ਪਹਿਲਾਂ ਵਚਨ ਬਦਲੋ ਬਾਰੇ ਮੈਂ ਤੁਹਾਨੂੰ ਦੱਸਾਂਗੀ ਕਿ ਵਚਨ ਬਦਲੋ ਕਹਿੰਦੇ ਕੀ ਨੂੰ ਆ ਵਚਨ ਬਦਲੋ ਉਹ ਹੁੰਦੇ ਆ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਵਸਤੂ ਦੇ ਇੱਕ ਜਾਂ ਇੱਕ ਤੋਂ ਵੱਧ ਹੋਣ ਦੇ ਫਰਕ ਦਾ ਪਤਾ ਲੱਗੇ ਉਸਨੂੰ ਵਚਨ ਬਦਲੋ ਆਖਦੇ ਹਨ ਠੀਕ ਹੈ ਚਲੋ ਆਓ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦਵਾਂਗੀ ਜਿਹਦੇ ਨਾਲ ਤੁਹਾਨੂੰ ਕਲੀਅਰ ਹੋ ਜਾਊਗਾ ਕਿਸ ਤਰ੍ਹਾਂ ਇਹ ਦੇਖੋ ਇਹ ਕੀ ਹੈ ਮੇਰੇ ਹੱਥ ਵਿੱਚ ਪੱਤਾ ਇੱਕ ਹੈ ਠੀਕ ਹੈ ਅਗਰ ਇਹਨੂੰ ਮੈਂ ਹੁਣ ਵਧਾ ਦਾ ਇਹ ਕੀ ਬਣ ਗਿਆ ਪੱਤੇ ਪਹਿਲਾਂ ਇੱਕ ਸੀ ਤਾਂ ਇਹਨੂੰ ਆਪਾਂ ਪੱਤਾ ਕਿਹਾ ਹੁਣ ਅਸੀਂ ਇੱਕ ਤੋਂ ਵੱਧ ਇਹਨਾਂ ਦੀ ਗਿਣਤੀ ਹੋ ਗਈ ਤਾਂ ਇਹਨੂੰ ਕੀ ਕਹਿਤਾ ਪੱਤੇ ਇਹ ਕੀ ਹੈ ਮੇਰੇ ਹੱਥ ਵਿੱਚ ਬੋਤਲ ਹੁਣ ਇਹਨਾਂ ਦੀ ਆਪਾਂ ਗਿਣਤੀ ਵਧਾਤੀ ਇਹ ਕੀ ਬਣ ਗਈ ਆ ਬੋਤਲਾਂ ਅਗਰ ਇੱਕ ਹੁੰਦੀ ਮੰਨ ਲਓ ਇੱਕ ਬੋਤਲ ਇੱਥੇ ਪਈ ਹੁੰਦੀ ਤੁਸੀਂ ਕਹਿਣਾ ਸੀ ਉਹ ਬੋਤਲ ਪਈ ਹੈ ਹੁਣ ਇਹ ਕਿੰਨੀਆਂ ਹੀ ਆ ਤਾਂ ਇਹਨਾਂ ਨੂੰ ਆਪਾਂ ਕੀ ਕਵਾਂਗੇ ਬੋਤਲਾਂ ਠੀਕ ਹੈ ਇਸੇ ਤਰ੍ਹਾਂ ਇੱਕ ਹੋਰ ਇਹ ਮੇਰੇ ਹੱਥ ਵਿੱਚ ਕੀ ਆ ਕਲਮ ਪਹਿਲਾਂ ਵਾਲੇ ਟਾਈਮ 'ਚ ਕੀ ਹੁੰਦਾ ਸੀ ਜਿਹਦੇ ਨਾਲ ਅਸੀਂ ਲਿਖਦੇ ਸੀ ਉਹਨੂੰ ਕੀ ਕਹਿੰਦੇ ਸੀ ਕਲਮ ਕਹਿੰਦੇ ਸੀ ਸੋ ਇਸ ਲਈ ਅਸੀਂ ਇਹਨੂੰ ਕਲਮ ਮੰਨ ਲੈਂਦੇ ਹਾਂ ਕਲਮ ਇਹ ਕੀ ਹੈ ਇੱਕਾ ਹੁਣ ਇਹਨਾਂ ਦੀ ਗਿਣਤੀ ਵੱਧ ਗਈ ਤਾਂ ਇਹ ਕੀ ਬਣ ਗਈਆਂ ਕਲਮਾਂ ਇੱਕ ਸੀ ਕਲਮ ਇੱਕ ਤੋਂ ਵੱਧ ਕਰਤੀਆਂ ਕੀ ਬਣ ਗਈਆਂ ਕਲਮਾਂ ਇਸੇ ਤਰ੍ਹਾਂ ਇੱਕ ਹੋਰ ਇਹ ਕੀ ਹੈ ਮੇਰੇ ਹੱਥ ਵਿੱਚ ਬੈਲਟ ਅਗਰ ਮੈਂ ਇਹਨਾਂ ਇਹ ਬੈਲਟ ਦੀ ਗਿਣਤੀ ਵਧਾ ਦਾਂ ਇਹ ਕੀ ਬਣ ਗਈਆਂ ਬੈਲਟਾਂ ਠੀਕ ਹੈ ਇਸੇ ਤਰ੍ਹਾਂ ਇੱਕ ਹੋਰ ਮੇਰੇ ਹੱਥ ਵਿੱਚ ਇਹ ਕੀ ਹੈ ਕਾਪੀ ਇਹ ਕੀ ਬਣ ਗਈਆਂ ਜ਼ਿਆਦਾ ਸਾਰੀਆਂ ਹੋ ਗਈਆਂ ਇਹ ਕੀ ਬਣ ਗਈਆਂ ਕਾਪੀਆਂ ਪਹਿਲਾਂ ਇੱਕ ਸੀ ਆਪਾਂ ਕੀ ਕਹਿਤਾ ਕਾਪੀ ਹੁਣ ਇੱਕ ਤੋਂ ਵੱਧ ਹੋ ਗਈਆਂ ਆਪਾਂ ਇਹਨੂੰ ਕੀ ਆਖ ਦਿੱਤਾ ਕਾਪੀਆਂ ਇਸੇ ਤਰ੍ਹਾਂ ਇਹ ਕੀ ਹੈ ਕਿਤਾਬ ਜਿਹਨੂੰ ਮੈਂ ਜ਼ਿਆਦਾ ਕਰ ਦਵਾਂ ਇਹ ਕੀ ਬਣ ਗਈਆਂ ਕਿਤਾਬਾਂ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਊਗੀ ਆਪਾਂ ਇੱਥੇ ਕਰਾਂਗੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਾਂਗੀ ਫਰਕ ਵੀ ਕੀ ਆ ਜਿਵੇਂ ਸਭ ਤੋਂ ਪਹਿਲਾਂ ਮੁੰਡਾ ਇੱਕ ਹੈ ਇਹ ਇੱਕ ਇਕੱਲਾ ਮੁੰਡਾ ਜੇ ਅਸੀਂ ਜ਼ਿਆਦਾ ਸਾਰੇ ਉਹਦੇ ਨਾਲ ਖੜਾ ਦਈਏ ਜਿਵੇਂ ਇੱਕ ਮੁੰਡਾ ਉਹਦੇ ਨਾਲ ਹੋਰ ਮੁੰਡੇ ਖੜੇ ਕਰ ਦਈਏ ਤਾਂ ਉਹ ਕੀ ਬਣ ਜੂਗਾ ਮੁੰਡੇ ਜਿਵੇਂ ਘੋੜਾ ਹੈ ਇੱਕ ਹੈ ਉਹਨੂੰ ਕੀ ਆਖਦਾ ਆਪਾਂ ਘੋੜਾ ਹੁਣ ਜੇ ਇਹੀ ਉਹਨਾਂ ਦੀ ਆਪਾਂ ਗਿਣਤੀ ਵਧਾ ਦਈਏ ਤਾਂ ਉਹ ਕੀ ਬਣ ਜੂਗੇ ਘੋੜੇ ਇਸੇ ਤਰ੍ਹਾਂ ਹੀ ਅਸੀਂ ਲਈ ਸੀ ਕਲਮ ਕਲਮ ਦਾ ਕੀ ਬਣ ਗਿਆ ਕਲਮਾਂ ਕਲਮਾਂ ਨੰਬਰ 4 ਕਾਪੀ ਲਈ ਸੀ ਕਾਪੀ ਦਾ ਕੀ ਬਣ ਗਿਆ ਕਾਪੀਆਂ ਕਾਪੀਆਂ ਕਾਪੀ ਕਾਪੀ ਦਾ ਕੀ ਬਣ ਗਿਆ ਕਾਪੀਆਂ ਇਸੇ ਤਰ੍ਹਾਂ ਨੰਬਰ 5 ਕਿਤਾਬ ਕਿਤਾਬ ਦਾ ਕੀ ਬਣ ਗਿਆ ਸੀ ਕਿਤਾਬਾਂ
ਕਿਤਾਬ ਦਾ ਕਿਤਾਬਾ ਪਰ ਇਹਦੇ ਵਿੱਚ ਵੀ ਇਹਦਾ ਫਰਕ ਕਿੱਦਾਂ ਪਤਾ ਲੱਗਦਾ ਆਪਾਂ ਨੂੰ ਇਹਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਸ਼ਬਦ ਨੇ ਜਾਂ ਵਾਕ ਨੇ ਜਿਨ੍ਹਾਂ 'ਚ ਕੀ ਕੁਝ ਫਰਕ ਹੈ ਜਿਹੜਾ ਈਜ਼ੀਲੀ ਸਾਨੂੰ ਕਿੱਦਾਂ ਪਤਾ ਲੱਗ ਸਕਦਾ ਗਾ ਮੰਨ ਲਓ ਜਿਵੇਂ ਮੁੰਡਾ ਕੀ ਹੈ ਮੁੰਡਾ ਦਾ ਇਹਦੇ ਵਿੱਚ ਕੀ ਹੈ ਕੰਨਾ ਲੱਗਿਆ ਹੋਇਆ ਹਮੇਸ਼ਾ ਇਹ ਗੱਲ ਯਾਦ ਰੱਖਣ ਵਾਲੀ ਹੈ ਜਿੱਥੇ ਕੰਨਾ ਮਾਤਰਾ ਆ ਜਾਂਦੀ ਹੈ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਹੈ ਹਮੇਸ਼ਾ ਇੱਥੇ ਲਾਂ ਲੱਗ ਜਾਂਦੀ ਹੈ ਲਾਂ ਮੁੰਡੇ ਇਹ ਮਾਤਰਾ ਕੱਟ ਕੇ ਸਿਰਫ ਲਾਂ ਲੱਗ ਜਾਂਦੀ ਹੈ ਇੱਦਾਂ ਦੇ ਜਿਸ ਤਰ੍ਹਾਂ ਦੇ ਵੀ ਵਰਡ ਆਊਗੇ ਜਾਂ ਸ਼ਬਦ ਆਊਗੇ ਉਹ ਕੀ ਆ ਇਸ ਤਰ੍ਹਾਂ ਦੇ ਹੀ ਹੋਊਗੇ ਜਿਵੇਂ ਫੋਰ ਐਗਜ਼ਾਮਪਲ ਬੱਚਾ ਇਹ ਕੀ ਬਣ ਜੂਗਾ ਬੱਚੇ ਠੀਕ ਹੈ ਉਸੇ ਤਰ੍ਹਾਂ ਹੀ ਵੱਡਾ ਵੱਡੇ ਇਹ ਕੀ ਸੀ ਕੰਨਾ ਮਾਤਰਾ ਵਾਲੇ ਉਹਨਾਂ ਦੇ ਹਮੇਸ਼ਾ ਲਾਂ ਲੱਗ ਜੂਗੀ ਕੀ ਹੈ ਸਪੈਲਿੰਗ ਉਹੀ ਰਹੂਗੀ ਠੀਕ ਹੈ ਅੱਖਰ ਉਹੀ ਰਹੂਗੇ ਸਿਰਫ ਕੀ ਆ ਮਾਤਰਾ ਦਾ ਚੇਂਜ ਆ ਜੂਗਾ ਅਗਰ ਅਸੀਂ ਇਹਨਾਂ ਨੂੰ ਸੌਖੇ ਤਰੀਕੇ ਨਾਲ ਕਰਨਾ ਗਾ ਹਮੇਸ਼ਾ ਕੰਨਾ ਮਾਤਰਾ ਜਿੱਥੇ ਪਿੱਛੇ ਕੰਨਾ ਮਾਤਰਾ ਪਊਗੀ ਉੱਥੇ ਲਾਂ ਲੱਗ ਜੂਗੀ ਇਹਨੂੰ ਸੌਖਾ ਤਰੀਕਾ ਕਰਨ ਦਾ ਇੱਕ ਹੋਰ ਹੀ ਇਸ ਤਰ੍ਹਾਂ ਦੇ ਨੇ ਜਿਹਦੇ ਪਿੱਛੇ ਕੋਈ ਮਾਤਰਾ ਨਹੀਂ ਲੱਗਦੀ ਉਸ ਤੇ ਹਮੇਸ਼ਾ ਕੀ ਲੱਗੂਗਾ ਜਿਵੇਂ ਫੋਰ ਐਗਜ਼ਾਮਪਲ ਅੱਖ ਇੱਟ ਗੇਂਦ ਵਾਕ ਨੇ ਜਿਨ ਇਹਦੇ ਪਿੱਛੇ ਹੁਣ ਕੋਈ ਮਾਤਰਾ ਨਹੀਂ ਲੱਗੀ ਹੋਈ ਠੀਕ ਹੈ ਇਹਨਾਂ ਪਿੱਛੇ ਕੋਈ ਮਾਤਰਾ ਨਹੀਂ ਲੱਗੀ ਹੋਈ ਨਾ ਕੰਨਾ ਲੱਗੀ ਹੈ ਨਾ ਵਿਆਰੀ ਲੱਗੀ ਹੈ ਇਹ ਹਮੇਸ਼ਾ ਕਿੱਦਾਂ ਚੇਂਜ ਹੁੰਦੇ ਨੇ ਰਹੂਗੇ ਉਹੀ ਸਿਰਫ ਕੰਨਾ ਲੱਗ ਕੇ ਉੱਤੇ ਬਿੰਦੀ ਲੱਗ ਜੂਗੀ ਅੱਖ ਦਾ ਅੱਖਾਂ ਇਸੇ ਤਰ੍ਹਾਂ ਇੱਟ ਦਾ ਇੱਟਾਂ ਗੇਂਦ ਦਾ ਗੇਂਦਾ ਇਹਨਾਂ ਨੂੰ ਸੌਖਾ ਤਰੀਕਾ ਕਰਨ ਦਾ ਜਿਹਦੇ ਪਿੱਛੇ ਕੋਈ ਮਾਤਰਾ ਨਹੀਂ ਲੱਗੀ ਸਿੰਗਲ ਵਰਡ ਹੈ ਜਿਵੇਂ ਕਲਮ ਸੀ ਕਲਮ ਨੂੰ ਅਸੀਂ ਕਿੱਦਾਂ ਚੇਂਜ ਕੀਤਾ ਕਲਮ ਹੁਣ ਨਾ ਇਹਦੇ ਪਿੱਛੇ ਸਿਆਰੀ ਆ ਨਾ ਵਿਆਰੀ ਆ ਨਾ ਕੰਨਾ ਦਾ ਇਹ ਵਾਲੇ ਜਿਹੜੇ ਸ਼ਬਦ ਉਹ ਇਸ ਤਰ੍ਹਾਂ ਦੇ ਆਉਂਦੇ ਆ ਉਹਨਾਂ ਦੇ ਵਿੱਚ ਕੀ ਆ ਸਿਰਫ ਕੰਨਾ ਲੱਗ ਕੇ ਉੱਤੇ ਬਿੰਦੀ ਲੱਗੂਗੀ ਕਲਮਾ ਅਗਰ ਇਹ ਚੀਜ਼ ਅਸੀਂ ਯਾਦ ਰੱਖ ਲਈਏ ਤਾਂ ਸਾਡੇ ਲਈ ਇਹ ਕੀ ਆ ਵਚਨ ਬਦਲੋ ਕਰਨੇ ਬਹੁਤ ਸੌਖੇ ਆ ਇਹ ਕਿਸੇ ਤਰ੍ਹਾਂ ਇੱਕ ਹੋਰ ਕਿਸਮ ਆ ਬਿਹਾਰੀ ਵਾਲੀ ਬਿਹਾਰੀ ਮਾਤਰਾ ਵਾਲੀ ਦੇਖੋ ਘੋੜੀ ਕੁੜੀਆਂ ਕੁੜੀ ਘੋੜੀ ਕੁੜੀ ਕਾਪੀ ਹੁਣ ਦੇਖੋ ਜਿਹੜੇ ਵਿਹਾਰੀ ਮਾਤਰਾ ਵਾਲੇ ਆ ਇਹ ਹਮੇਸ਼ਾ ਕਿਹਦੇ 'ਚ ਚੇਂਜ ਹੁੰਦੇ ਆ ਐੜੇ ਨੂੰ ਕੰਨਾ ਉੱਤੇ ਬਿੰਦੀ ਜਿਵੇਂ ਘੋੜੀਆਂ ਕੁੜੀਆਂ ਕਾਪੀਆਂ ਅਗਰ ਅਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਲਈਏ ਤਾਂ ਵਚਨ ਬਦਲੋ ਕਰਨੇ ਕੋਈ ਬਹੁਤੇ ਔਖੇ ਨਹੀਂ ਆ ਬੱਚੇ ਜਿੱਥੇ ਪਿਆਰੀ ਆ ਗਈ ਦੈਟ ਮੀਨਸ ਉੱਥੇ ਐੜੇ ਨੂੰ ਕੰਨਾ ਉੱਤੇ ਬਿੰਦੀ ਲੱਗੂਗੀ ਜਿੱਥੇ ਕੰਨਾ ਆ ਗਈ ਕੰਨਾ ਦੀ ਮਾਤਰਾ ਉੱਥੇ ਸਿਰਫ ਸ਼ਬਦ ਉਹੀ ਰਹੂਗਾ ਸਪੈਲਿੰਗ ਉਹੀ ਰਹੂਗੇ ਸਿਰਫ ਕੀ ਆ ਕੰਨਾ ਕੱਟ ਕੇ ਲਾਂ ਲੱਗ ਜੂਗੀ ਠੀਕ ਹੈ ਲਾਂ ਦੀ ਮਾਤਰਾ ਇਸੇ ਤਰ੍ਹਾਂ ਜਿਹੜਾ ਸਿੰਗਲ ਵਰਡ ਹੈ ਨਾ ਉੱਥੇ ਕੰਨਾ ਨਾ ਸਿਆਰੀ ਨਾ ਵਿਆਰੀ ਸਿਰਫ ਐਂਡ ਤੋਂ ਦੇਖਣਾ ਆਪਾਂ
ਜਿੱਥੇ ਕੁਛ ਨਹੀਂ ਉੱਥੇ ਕੰਨਾ ਲੱਗ ਕੇ ਉੱਤੇ ਬਿੰਦੀ ਆ ਜਾਊਗੀ। ਠੀਕ ਹੈ, ਮੈਂ ਆਸ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ। ਥੈਂਕ ਯੂ, ਹੈਵ ਅ ਨਾਈਸ ਡੇ।